ਸਵਾਗਤ ਹੈ ਤੁਹਾਡਾ ਚਾਣਕਿਆ ਐਜੂਕੇਸ਼ਨ ਅਕੈਡਮੀ ਦੇ ਵਿੱਚ। ਬੈਸਟ ਕੋਚਿੰਗ ਫੋਰ UCG ਨੈੱਟ, ਪੀ ਟੈਟ, ਸੀ ਟੈਟ, ਮਾਸਟਰ ਕੇਡਰ, ਰੇਲਵੇ ਜੋਬਸ, ਪੰਜਾਬ ਜੋਬਸ, SSC, ਆਰਮੀ ਜੋਬਸ ਅਤੇ ਹੋਰ ਸਰਕਾਰੀ ਜੋਬਸ ਦੇ ਲਈ ਤਿਆਰੀ ਕਰਵਾਈ ਜਾਂਦੀ ਹੈ। ਜਿਸ ਵੀ ਸਟੂਡੈਂਟ ਨੇ ਸੈਂਟਰ ਦੇ ਵਿੱਚ ਜਾ ਕੇ ਤਿਆਰੀ ਕਰਨਾ ਚਾਹੁੰਦਾ ਜੀ, ਉਹ ਨੀਚੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦਾ। ਠੀਕ ਹੈ ਜੀ, ਅਤੇ ਆਪਾਂ ਕਰਦੇ ਸੀ ਜੀ ਪੇਪਰ ਜੋ ਪਿਛਲੇ ਸਾਲਾਂ ਵਿੱਚ ਆ ਚੁੱਕੇ ਨੇ। ਜਿਹਨਾਂ ਵੀ ਸਟੂਡੈਂਟ ਨੇ ਪੇਪਰ ਚੈੱਕਆਊਟ ਪਿਛਲੇ ਵਾਲੇ ਨਹੀਂ ਕੀਤੇ, ਉਹ ਸਭ ਤੋਂ ਪਹਿਲਾਂ ਜਾ ਕੇ ਚੈਨਲ 'ਤੇ ਪਿਛਲੇ ਪੇਪਰ ਨੇ ਜਿਹੜੇ 2009, 10 ਦਾ ਅਤੇ 11 ਜੂਨ ਦਾ ਪੇਪਰ ਚੈੱਕ ਕਰ ਸਕਦੇ ਨੇ ਜੀ। ਅਤੇ ਅੱਜ ਆਪਾਂ ਕਰਾਂਗੇ ਜੀ ਦਸੰਬਰ 2011 ਦਾ ਪੇਪਰ ਨੰਬਰ 2। ਅਤੇ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿਹੜਾ ਵੀ ਸਟੂਡੈਂਟ ਨਵਾਂ ਗਾ, ਅਤੇ ਤਾਂ ਕਿ ਤੁਹਾਡੇ ਕੋਲ ਵੀਡੀਓ ਪਹੁੰਚ ਸਕਣ। ਠੀਕ ਹੈ ਜੀ, ਚਲੋ ਅੱਜ ਕਰਦੇ ਹਾਂ ਜੀ ਪਹਿਲਾ ਕੁਸ਼ਚਨ। ਪਹਿਲਾ ਕੁਸ਼ਚਨ ਹੈ ਜੀ ਭਾਸ਼ਾ ਹੈ। ਭਾਸ਼ਾ ਹੈ ਸੱਭਿਆਚਾਰ ਪਾਠ ਪ੍ਰਬੰਧ, ਆੜਾ ਹੈਗਾ ਸੱਭਿਆਚਾਰ ਸ਼ਬਦ ਪ੍ਰਬੰਧ, ਈੜੀ ਹੈ ਜੀ ਸੱਭਿਆਚਾਰ ਚਿਹਨ ਪ੍ਰਬੰਧ, ਅਤੇ ਸੱਸਾ ਹੈਗਾ ਸੱਭਿਆਚਾਰ ਉਚਾਰ ਪ੍ਰਬੰਧ। ਅਤੇ ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਪਹਿਲਾ ਸੱਭਿਆਚਾਰ ਪਾਠ ਪ੍ਰਬੰਧ। ਦੂਸਰਾ ਆਂਸਰ ਕੁਸ਼ਚਨ ਹੈ ਸਾਡੇ ਕੋਲ ਭਾਸ਼ਾ ਦੇ ਸੰਚਾਰ ਕਾਰਜ ਹਨ, ਭਾਸ਼ਾ ਦੇ ਸੰਚਾਰ ਕਾਰਜ ਕਿਹੜੇ ਕਿਹੜੇ ਨੇ। ਊੜਾ ਹੈਗਾ ਜੀ ਸਮਾਜਿਕ ਸੰਕੇਤਕ ਭੌਤਿਕ, ਆੜਾ ਹੈਗਾ ਸੰਕੇਤਕ ਕਾਵਕ ਭਾਸ਼ਕ, ਈੜੀ ਹੈ ਪਰਾਭਾਸ਼ਕ ਭਾਵੁਕ ਸੰਚਾਰ, ਸੱਸਾ ਹੈਗਾ ਜੀ ਭਾਵਨਾ ਆਗਿਆ ਮਾਨਸਿਕ। ਅਤੇ ਇਹਦੇ ਵਿੱਚ ਜਿਹੜਾ ਸਾਡਾ ਸ਼ਾਇਦ ਠੀਕ ਹੈ ਜੀ ਪਹਿਲੇ ਦਾ ਵੀ ਸੋਰੀ ਗਲਤ ਆਂਸਰ, ਪਹਿਲੇ ਦਾ ਹੈਗਾ ਜੀ ਸੱਸਾ, ਠੀਕ ਹੈ, ਅਤੇ ਦੂਸਰੇ ਦਾ ਹੈਗਾ ਜੀ ਭਾਸ਼ਾ ਸੰਚਾਰ ਕਾਰਜ ਹਨ, ਦੂਸਰੇ ਦਾ ਆਂਸਰ ਹੈ ਜੀ ਸਾਡੇ ਕੋਲ ਊੜਾ ਸਮਾਜਿਕ ਸੰਕੇਤਕ ਅਤੇ ਭੌਤਿਕ। ਠੀਕ ਹੈ ਜੀ, ਅੱਗੇ ਜੀ ਸਾਡੇ ਕੋਲ ਤੀਸਰਾ ਕੁਸ਼ਚਨ, ਭਾਸ਼ਾ ਵਿੱਚ ਦੁਹਰਾਓ ਮੂਲਕ ਪੈਟਰਨ ਦਾ ਸੰਬੰਧ ਕਿਸ ਨਾਲ ਹੈ। ਸਿਨਟੈਗਮੈਟਿਕ, ਪੈਰਾਡਿਗਮੈਟਿਕ, ਸਿਨਕ੍ਰੋਨਿਕ ਜਾਂ ਡਾਇਕ੍ਰੋਨਿਕ। ਠੀਕ ਹੈ ਜੀ, ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਉਹ ਹੈਗਾ ਜੀ ਪੈਰਾਡਿਗਮੈਟਿਕ, ਆੜਾ। ਠੀਕ ਹੈ ਜੀ, ਅਗਲਾ ਕੁਸ਼ਚਨ ਹੈ ਸਾਡੇ ਕੋਲ ਸੂਚੀ 1 ਨੂੰ ਸੂਚੀ 2 ਦੇ ਨਾਲ ਮੈਚ ਕਰਨਾ, ਅਤੇ ਇਹਦੇ ਵਿੱਚ ਇਹ ਹੈ ਜੀ ਸਾਡੇ ਕੋਲ ਪੰਜਾਬੀ ਬੋਲੀ ਦਾ ਇਤਿਹਾਸ, ਇਹ ਲਿਖਿਆ ਜੀ ਪਿਆਰਾ ਸਿੰਘ ਪਦਮ ਨੇ, ਗੁਰੂ ਸ਼ਬਦ ਰਤਨਾਕਾਰ ਇਹ ਲਿਖਿਆ ਜੀ ਭਾਈ ਕਾਨ ਸਿੰਘ ਨਾਭਾ, ਰੂਪਾਂਤਰਣੀ ਵਿਆਕਰਨ ਇਹ ਹੈਗਾ ਜੀ ਹਰਕੀਰਤ ਸਿੰਘ ਦਾ, ਅਤੇ ਸਿਧਾਂਤਕ ਭਾਸ਼ਾ ਵਿਗਿਆਨ ਇਹ ਹੈਗਾ ਜੀ ਪ੍ਰੇਮ ਪ੍ਰਕਾਸ਼ ਦਾ। ਠੀਕ ਹੈ ਜੀ, ਅਤੇ ਇਸ ਹਿਸਾਬ ਨਾਲ ਜਿਹੜਾ ਸਾਡਾ ਆਂਸਰ ਹੈ ਉਹ ਹੈਗਾ ਊੜਾ। ਅਤੇ ਅਗਲਾ ਕੁਸ਼ਚਨ ਹੈ ਸਾਡੇ ਕੋਲ ਪੰਜਵਾਂ ਕੁਸ਼ਚਨ ਹੈ ਸਾਡੇ ਕੋਲ, ਕਥਨ ਹੈ ਧੁਨੀ ਉਚਾਰਨ ਸਮੇਂ ਹਵਾ ਦੀ ਮਾਤਰਾ ਖੱਖਾ ਧੁਨੀ ਨਾਲੋਂ ਵੱਧ ਬਾਹਰ ਆਉਂਦੀ ਹੈ, ਪਰ ਸਵਰ ਧੁਨੀਆਂ ਦੀ ਕੰਬਾਹਟ ਪੱਖੋਂ ਦੋਵੇਂ ਸਮਾਨ ਹਨ। ਕਾਰਨ ਹੈ ਪਰ ਕੱਕਾ ਧੁਨੀ ਅਲਪ ਪ੍ਰਾਣ ਹੈ ਅਤੇ ਖੱਖਾ ਧੁਨੀ ਮਹਾਂਪ੍ਰਾਣ ਹੈ, ਮਹਾਂਪ੍ਰਾਣ ਧੁਨੀ ਵਿੱਚ ਹਵਾ ਦੀ ਮਾਤਰਾ ਵੱਧ ਹੁੰਦੀ ਹੈ। ਅਤੇ ਆਪਸ਼ਨ ਹੈ ਜੀ ਸਾਡੇ ਕੋਲ ਇਹ ਹੈਗਾ ਅੰਸ਼ਿਕ ਸਹੀ ਹੈ, ਬੀ ਪੂਰਨ ਗਲਤ ਹੈ, ਆੜਾ ਇਹ ਪੂਰਨ ਸਹੀ ਹੈ, ਬੀ ਪੂਰਨ ਗਲਤ ਹੈ, ਈੜੀ ਹੈ ਜੀ ਇਹ ਅੰਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ, ਸੱਸਾ ਹੈਗਾ ਇਹ ਪੂਰਨ ਗਲਤ ਹੈ ਅਤੇ ਬੀ ਅੰਸ਼ਿਕ ਸਹੀ ਹੈ। ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਊੜਾ, ਇਹ ਅੰਸ਼ਿਕ ਸਹੀ ਹੈ ਅਤੇ ਬੀ ਪੂਰਨ ਗਲਤ ਹੈ। ਠੀਕ ਹੈ ਜੀ, ਅਗਲਾ ਕੁਸ਼ਚਨ ਹੈ ਸਾਡੇ ਕੋਲ ਸੇਮਾ, ਪ੍ਰਵੀਨ ਸ਼ਬਦ ਦੇ ਅਰਥ ਮਾਹਿਰ ਵਿੱਚ ਅਰਥ ਪਰਿਵਰਤਨ ਦੀ ਕਿਹੜੀ ਦਿਸ਼ਾ ਹੈ। ਊੜਾ ਹੈਗਾ ਜੀ ਅਰਥ ਵਿਸਥਾਰ, ਆੜਾ ਹੈਗਾ ਅਰਥ ਸੰਕੋਚ, ਈੜੀ ਹੈ ਜੀ ਅਰਥ ਆਦੇਸ਼, ਸੱਸਾ ਹੈਗਾ ਅਰਥ ਉਦਕਰਸ਼ਣ। ਅਤੇ ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਆੜਾ, ਆੜਾ ਆਂਸਰ ਹੈ ਸਾਡੇ ਕੋਲ ਅਰਥ ਸੰਕੋਚ। ਠੀਕ ਹੈ ਜੀ, ਅਤੇ ਅਗਲਾ ਕੁਸ਼ਚਨ ਹੈ ਸਾਡੇ ਕੋਲ ਕਿਹੜਾ ਜੁੱਟ ਸਹੀ ਨਹੀਂ ਸਹੀ ਹੈ। ਊੜਾ ਹੈਗਾ ਜੀ ਕੋੜ ਅਤੇ ਸੰਦੇਸ਼, ਨੋਮ ਚਮਸਕੀ, ਆੜਾ ਹੈਗਾ ਯੋਗਤਾ ਅਤੇ ਨਿਭਾਓ ਸੋਸ਼ਿਊਰ, ਅਤੇ ਈੜੀ ਹੈ ਜੀ ਗ੍ਰਹਿ ਸੰਰਚਨਾ ਅਤੇ ਸਤਹ ਸੰਰਚਨਾ, ਰੋਮਨ ਜੈਕਬਕਸਨ, ਸੱਸਾ ਹੈਗਾ ਬੁਣਤੀ ਅਤੇ ਬਣਤਰ। ਇਹਦੇ ਵਿੱਚ ਸਾਡਾ ਜਿਹੜਾ ਸਹੀ ਆਂਸਰ ਹੈ ਉਹ ਹੈਗਾ ਜੀ ਈੜੀ, ਗ੍ਰਹਿ ਸੰਰਚਨਾ ਅਤੇ ਸਤਹ ਸੰਰਚਨਾ, ਰੋਮਨ ਜੈਕਬਕਸਨ। ਅਤੇ ਅਗਲਾ ਕੁਸ਼ਚਨ ਹੈ ਸਾਡੇ ਕੋਲ ਅੱਠਵਾਂ, ਕਥਨ ਹੈ ਸੁਰ ਤੰਤੂਆਂ ਦੀ ਕੰਬਣ ਗਤੀ ਨੂੰ ਪਿੱਚ ਕਿਹਾ ਜਾਂਦਾ ਹੈ, ਪਰ ਇਸ ਕੰਬਣ ਗਤੀ ਦੀ ਦਰ ਹਮੇਸ਼ਾ ਇਕਸਾਰ ਰਹਿੰਦੀ ਹੈ ਜਿਸ ਕਰਕੇ ਪਿੱਚ ਵਿੱਚ ਉਤਾਰ ਚੜਾ ਨਹੀਂ ਹੁੰਦਾ। ਕਾਰਨ ਹੈ ਪਰ ਕਿਸੇ ਸੁਰ ਦੇ ਉਚਾਰਨ ਵਿੱਚ ਕੰਬਣ ਸਦਾ ਇੱਕ ਸਮਾਨ ਨਹੀਂ ਹੁੰਦਾ, ਸਗੋਂ ਇਸ ਦੇ ਵਿੱਚ ਬਦਲਾਅ ਦਾ ਪੈਟਰਨ ਹੁੰਦਾ ਹੈ। ਊੜਾ ਹੈਗਾ ਸਾਡੇ ਕੋਲ ਇਹ ਪੂਰਨ ਗਲਤ ਹੈ, ਬੀ ਅੰਸ਼ਿਕ ਸਹੀ ਹੈ,
ਆੜਾ ਹੈਗਾ ਏ ਪੂਰਨ ਸਹੀ ਹੈ, ਬੀ ਪੂਰਨ ਗਲਤ ਹੈ। ਈੜੀ ਹੈਗਾ ਏ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ। ਸੱਸਾ ਹੈਗਾ ਏ ਆਂਸ਼ਿਕ ਸਹੀ ਹੈ ਅਤੇ ਬੀ ਆਂਸ਼ਿਕ ਸਹੀ ਹੈ। ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਆੜਾ, ਏ ਪੂਰਨ ਸਹੀ ਹੈ, ਬੀ ਜਿਹੜਾ ਹੈਗਾ ਉਹ ਗਲਤ। ਅਗਲਾ ਕੁਸਚਨ ਹੈ ਸਾਡੇ ਕੋਲ ਨੌਵਾਂ, ਸਵਰ ਵਾ ਸੂਚੀ ਨੂੰ ਇੱਕ ਨੂੰ ਦੂ ਸੂਚੀ ਦੋ ਦੇ ਨਾਲ ਮੈਚ ਕਰਨਾ ਗਾ ਜੀ, ਠੀਕ ਹੈ। ਅਤੇ ਈੜੀ ਹੈ ਜੀ ਸਾਡੇ ਕੋਲ ਸਵਰ ਵਾਹਕ, ਸਵਰ ਵਾਕ ਹੈਗਾ ਜੀ ਸਾਡੇ ਕੋਲ ਊੜਾ ਆੜਾ ਈੜੀ। ਅਰਥ ਸਵਰ ਹੈਗੇ ਨੇ ਸਾਡੇ ਕੋਲ ਜੀ, ਅਰਥ ਸਵਰ ਯਈਆ ਅਤੇ ਬਾਵਾ। ਅਨੁਨਾਸਿਕ ਤਾਂ ਹੈਗੇ ਨੇ ਸਾਡੇ ਕੋਲ ਬਿੰਦੀ ਅਤੇ ਟਿੱਪੀ, ਅਤੇ ਨਾਸਿਕ ਹੈਗੇ ਨੇ ਮੰਮਾ ਨੰਨਾ ਨਾਣਾ, ਠੀਕ ਹੈ ਜੀ। ਇਸ ਹਿਸਾਬ ਨਾਲ ਸਾਡਾ ਜਿਹੜਾ ਆਂਸਰ ਹੈ ਉਹ ਹੈਗਾ ਆੜਾ। ਅਗਲਾ ਕੁਸਚਨ ਹੈ ਸਾਡੇ ਕੋਲ ਦਸਵਾਂ, ਕਿਹੜਾ ਜੁੱਟ ਸਹੀ ਨਹੀਂ ਹੈ, ਦੁਆਬੀ ਗਾਗੇਗੀ ਮਾਝੀ ਦਾਦੇ ਦੀ ਪੁਆਂਧੀ ਤਾ ਤੇਤੀ ਅਤੇ ਮਲਵਈ ਨਾ ਨੇ ਨੀ। ਅਤੇ ਜਿਹੜਾ ਸਹੀ ਜੁੱਟ ਨਹੀਂ ਹੈਗਾ ਇਹਦੇ ਵਿੱਚ ਉਹ ਹੈਗਾ ਜੀ ਊੜਾ, ਪੁਆਂਧੀ ਗਾਗੇਗੀ। ਅਤੇ ਅਗਲਾ ਕੁਸਚਨ ਹੈ ਸਾਡੇ ਕੋਲ ਗਿਆਰਵਾਂ, ਪੰਜਾਬੀ ਵਿੱਚ ਭੱਬਾ ਦੱਦਾ ਢੱਡਾ ਝੱਜਾ ਅਤੇ ਘੱਗਾ ਵਿੱਚ ਪੰਜ ਵਿਅੰਜਨ ਧੁਨੀਗ੍ਰਾਮ ਹਨ। ਬੀ ਪੰਜਾਬੀ ਇੱਕ ਸੁਰਾਤਮਿਕ ਭਾਸ਼ਾ ਹੈ, ਪੰਜਾਬੀ ਦਾ ਵਾਕ ਕਰਮ ਹੈ ਕਰਤਾ ਕਿਰਿਆ ਕਰਮ। ਅਤੇ ਸਾਡੇ ਕੋਲ ਆਪਸ਼ਨ ਹੈ ਜੀ ਉੜ ਇਹ ਹੈਗਾ ਜੀ ਉੜਾ ਇਹ ਹੈਗਾ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ, ਸੀ ਆ ਜਿਹੜਾ ਉਹ ਗਲਤ ਹੈ। ਅਤੇ ਈੜੀ ਹੈ ਜੀ ਆਓ ਸੋਰੀ ਆੜਾ ਹੈਗਾ ਇਹ ਗਲਤ ਹੈ, ਬੀ ਅਤੇ ਸੀ ਪੂਰਨ ਸਹੀ ਹੈ। ਈੜੀ ਹੈ ਜੀ ਏ ਅਤੇ ਸੀ ਪੂਰਨ ਗਲਤ ਹੈ, ਬੀ ਹੈ ਜਿਹੜਾ ਪੂਰਨ ਸਹੀ ਹੈ। ਅਤੇ ਜਿਹੜਾ ਸੱਸਾ ਗਾ ਜੀ ਏ ਅਤੇ ਬੀ ਪੂਰਨ ਸਹੀ ਨੇ ਅਤੇ ਬੀ ਹੈ ਜਿਹੜਾ ਉਹ ਗਲਤ ਹੈ। ਇਹਦੇ ਵਿੱਚ ਸਾਡੇ ਕੋਲ ਜਿਹੜਾ ਆਂਸਰ ਹੈ ਜੀ ਸੱਸਾ, ਏ ਅਤੇ ਬੀ ਸਹੀ ਨੇਗੇ, ਅਤੇ ਜਿਹੜਾ ਸੀ ਆ ਉਹ ਗਲਤ ਆ, ਕਿਉਂਕਿ ਜਿਹੜਾ ਸੀ ਆ ਇਹਦੇ ਵਿੱਚ ਕਰਤਾ ਕਰਮ ਕਿਰਿਆ ਹੁੰਦਾ, ਠੀਕ ਹੈ ਜੀ। ਪਹਿਲੇ ਨੰਬਰ 'ਤੇ ਕਰਤਾ ਕਰਮ ਫਿਰ ਕਿਰਿਆ। ਅਤੇ ਅਗਲਾ ਕੁਸਚਨ ਹੈ ਸਾਡਾ ਬਾਰਵਾਂ, ਸਾਹਿਤ ਦਾ ਦਰਸ਼ਨ ਅਤੇ ਇਤਿਹਾਸ ਨਾਲ ਸੰਬੰਧ ਕਿਸ ਨੇ ਦਰਸਾਇਆ। ਊੜਾ ਹੈਗਾ ਟੀਐਸ ਇਲੀਅਟ, ਆੜਾ ਹੈਗਾ ਅਰਸਤੂ, ਅਤੇ ਈੜੀ ਹੈ ਜੀ ਪਲੋਟੋ, ਸੱਸਾ ਹੈਗਾ ਲੋਲਜਾਈਨਸ, ਅਤੇ ਜਿਹੜਾ ਇਹਦਾ ਆਂਸਰ ਹੈ ਜੀ ਉਹ ਹੈਗਾ ਊੜਾ, ਟੀਐਸ ਇਲੀਅਟ ਨੇ। ਅਤੇ ਤੇਰਵਾਂ ਕੁਸਚਨ ਹੈ ਚੰਡੀ ਦੀ ਵਾਰ ਦਾ ਕਥਾ ਸਰੋਤ ਹੈ। ਊੜਾ ਹੈਗਾ ਮਾਰਕੰਡੇ ਪੁਰਾਣ, ਆੜਾ ਹੈਗਾ ਦਸ਼ਮ ਗ੍ਰੰਥ, ਈੜੀ ਹੈ ਜੀ ਲੋਕ ਸਾਹਿਤ, ਅਤੇ ਸੱਸਾ ਹੈਗਾ ਪੰਚ ਤੰਤਰ। ਇਹਦਾ ਆਂਸਰ ਹੈ ਜੀ ਮਾਰਕੰਡੇ ਪੁਰਾਣ ਊੜਾ। ਅਗਲਾ ਕੁਸਚਨ ਹੈ ਜੀ ਚੌਦਵਾਂ, ਕਿਹੜਾ ਕਾਵਿ ਰੂਪ ਅੱਖਰ ਕਰਮ ਵਿੱਚ ਲਿਖਿਆ ਜਾਂਦਾ ਹੈ। ਊੜਾ ਹੈਗਾ ਰੁੱਤੀ, ਆੜਾ ਹੈਗਾ ਬਾਰਾਂ ਮਾਹਾਂ, ਈੜੀ ਹੈ ਪੱਟੀ, ਅਤੇ ਸੱਸਾ ਹੈਗਾ ਤਿਥੀ। ਇਹਦੇ ਵਿੱਚ ਸਹੀ ਆਂਸਰ ਹੈ ਜੀ ਪੱਟੀ, ਠੀਕ ਹੈ ਜੀ। ਅਗਲਾ ਕੁਸਚਨ ਹੈ ਸਾਡੇ ਕੋਲ ਪੰਦਰਵਾਂ, ਇਹ ਵੀ ਕਥਨ ਹੈ, ਨਾਵਲ ਵਿੱਚ ਨਿੱਕੀ ਕਹਾਣੀ ਦਾ ਹੀ ਵਿਸਤ੍ਰਿਤ ਵਿਰਤਾਂਤ ਹੁੰਦਾ ਹੈ ਜੋ ਮਨੁੱਖ ਦੇ ਸੁਪਨੇ ਅਤੇ ਪ੍ਰਸਥਿਤੀਆਂ ਦੇ ਤਣਾਓ ਨੂੰ ਚਿੱਤਰਦਾ ਹੈ। ਕਾਰਨ ਹੈ ਇਹ ਮਹਾਂਕਾਵਿ ਦਾ ਹੀ ਆਧੁਨਿਕ ਰੂਪ ਹੈ। ਊੜਾ ਹੈਗਾ ਇਹ ਸਾਡੇ ਕੋਲ ਇਹ ਆਂਸ਼ਿਕ ਸਹੀ ਹੈ, ਬੀ ਆਂਸ਼ਿਕ ਸਹੀ ਹੈ। ਆੜਾ ਹੈਗਾ ਇਹ ਪੂਰਨ ਗਲਤ ਹੈ, ਬੀ ਜਿਹੜਾ ਉਹ ਪੂਰਨ ਸਹੀ ਹੈ। ਈੜੀ ਹੈ ਜੀ ਇਹ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ। ਸੱਸਾ ਹੈਗਾ ਇਹ ਪੂਰਨ ਸਹੀ ਹੈ, ਬੀ ਹੈ ਜਿਹੜਾ ਉਹ ਵੀ ਪੂਰਨ ਸਹੀ ਹੈ। ਇਹਦੇ ਵਿੱਚ ਸਾਡਾ ਜਿਹੜਾ ਸਹੀ ਆਂਸਰ ਹੈ ਉਹ ਹੈਗਾ ਜੀ ਊੜਾ, ਇਹ ਆਂਸ਼ਿਕ ਸਹੀ ਹੈ, ਅਤੇ ਬੀ ਵੀ ਹੈ ਜਿਹੜਾ ਉਹ ਵੀ ਆਂਸ਼ਿਕ ਸਹੀ ਹੈ। ਅਗਲਾ ਕੁਸਚਨ ਹੈ ਜੀ ਇਹ ਸੂਚੀ ਇੱਕ ਨੂੰ ਸੂਚੀ ਦੋ ਦੇ ਨਾਲ ਮੈਚ ਕਰਨਾ। ਜਿਹੜਾ ਮਾਮਾ ਧੀਆਂ ਇਹ ਹੈਗਾ ਜੀ ਇੱਕ ਕਵਿਤਾ, ਕਥਾ ਕਹੂਰ ਵਸ਼ੀ ਇਹ ਹੈਗਾ ਜੀ ਨਾਵਲ, ਆਤਮ ਸਾਇਆ ਇਹ ਹੈਗਾ ਜੀ ਕਹਾਣੀ, ਨਹੀਂ ਇਹ ਕਹਾਣੀ ਨੇ ਵਾਰਤਕ ਹੈ, ਠੀਕ ਹੈ ਜੀ। ਫਰੰਗੀਆਂ ਦੀ ਨੂੰ ਇਹ ਕਹਾਣੀ ਹੈ, ਫਰੰਗੀਆਂ ਦੀ ਨੂੰ ਆ ਜਿਹੜੀ ਇਹ ਕਹਾਣੀ ਹੈ, ਠੀਕ ਹੈ ਜੀ। ਇਸ ਹਿਸਾਬ ਨਾਲ ਜਿਹੜਾ ਸਾਡਾ ਆਂਸਰ ਹੈ ਜੀ ਇਹਦੇ ਵਿੱਚ ਉਹ ਬਣਦਾ ਗਾ ਊੜਾ, ਉਹ ਹੈਗਾ ਊੜਾ। ਅਤੇ ਅਗਲਾ ਕੁਸਚਨ ਹੈ ਸਾਡੇ ਕੋਲ ਸਤਾਰਵਾਂ, ਮੰਗਲਾਚਰਨ ਦੀ ਵਰਤੋਂ ਕਿਸ ਕਾਵਿ ਰੂਪ ਵਿੱਚ ਹੁੰਦੀ ਹੈ। ਊੜਾ ਹੈਗਾ ਪ੍ਰਗੀਤ, ਆੜਾ ਹੈਗਾ ਬਾਰਾਂ ਮਾਹਾਂ, ਈੜੀ ਹੈ ਜੀ ਕਾਫੀ, ਅਤੇ ਸੱਸਾ ਹੈਗਾ ਕਿੱਸਾ। ਇਹਦੇ ਵਿੱਚ ਸਾਡਾ ਜਿਹੜਾ ਆਂਸਰ ਹੈ ਉਹ ਹੈਗਾ ਜੀ ਕਿੱਸਾ, ਮੰਗਲਾਚਰਨ ਦੀ ਵਰਤੋਂ ਕਿੱਸਾ ਦੇ ਵਿੱਚ ਹੁੰਦੀ ਆ। ਸਧਾਰਨੀਕਰਨ ਦਾ ਸੰਬੰਧ ਕਿਸ ਸੰਪਰਦਾਇ ਨਾਲ ਹੈ। ਊੜਾ ਹੈਗਾ ਅਲੰਕਾਰ, ਆੜਾ ਹੈਗਾ ਧੁਨੀ, ਈੜੀ ਹੈ ਜੀ ਔਸਚਿਤਿਆ, ਅਤੇ ਸੱਸਾ ਹੈਗਾ ਰਸ। ਅਤੇ ਜਿਹੜਾ ਧੁਨੀਗ੍ਰਾਮ ਹੈਗਾ ਸੋਰੀ ਸਧਾਰਨੀਕਰਨ ਆ ਇਹ ਰਸ ਸਿਧਾਂਤ ਦੇ ਵਿੱਚ ਹੈਗਾ, ਸੱਸਾ ਆਂਸਰ ਇਹਦਾ ਸਹੀ ਆ। ਅਤੇ ਅਗਲਾ ਕੁਸਚਨ ਹੈ ਜੀ ਸਾਹਿਤਿਕ ਭਾਸ਼ਾ ਦੀ ਪ੍ਰਕਿਰਤੀ ਹੈ। ਊੜਾ ਹੈਗਾ ਤਾਰਿਕ, ਆੜਾ ਹੈਗਾ ਸੰਚਾਰ ਮੂਲਕ, ਈੜੀ ਹੈ ਜੀ ਸੁਹਜਾਤਮਿਕ, ਅਤੇ ਸੱਸਾ ਹੈਗਾ ਚਿਹਨ ਮੂਲਕ। ਇਹਦਾ ਆਂਸਰ ਹੈ ਜੀ ਸੁਹਜਾਤਮਕ, ਠੀਕ ਹੈ। ਅਗਲਾ ਕੁਸਚਨ ਹੈ ਜੀ ਬੀਮਾ ਹੈ ਸੂਚੀ ਇੱਕ ਨੂੰ ਸੂਚੀ ਦੋ ਦੇ ਨਾਲ ਮੈਚ ਕਰਨਾ। ਪੂਰਵਵਾਦ ਇਹ ਹੈਗਾ ਜੀ ਐਡਵਰ ਸਦੀਕ, ਸੱਭਿਆਚਾਰ ਗਾਇਤਰੀ ਸਪੀਵਾਕ।
ਠੀਕ ਹੈ ਜੀ। ਉੱਤਰ ਬਸਤੀਵਾਦ ਹੈ ਏਜਾਜ਼ ਅਹਿਮਦ, ਨਾਰੀਵਾਦ ਹੈ ਜਿਹੜਾ ਹੋਮੀ ਭਾਭਾ, ਅਤੇ ਇਹਦੇ ਵਿੱਚ ਸਾਡਾ ਜਿਹੜਾ ਆਂਸਰ ਹੈ ਉਹ ਹੈਗਾ ਜੀ ਊੜਾ। ਅਤੇ ਅਗਲਾ ਕੁਐਸਚਨ ਹੈ ਜੀ ਕਥਨ ਵਾਲਾ। ਭਾਰਤੀ ਕਾਵਿ ਸ਼ਾਸਤਰ ਵਿੱਚ ਕਾਵਿ ਦੀ ਆਤਮਾ ਦੇ ਪ੍ਰਸ਼ਨ ਦਾ ਵਿਵੇਚਨ ਕਰਦਿਆਂ ਕਈ ਸਿਧਾਂਤ ਜਾਂ ਸੰਪਰਦਾਇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਰਸ ਸਿਧਾਂਤ ਨੂੰ ਸਭ ਤੋਂ ਪ੍ਰਮੁੱਖਤਾ ਹਾਸਲ ਹੋਈ। ਕਾਰਨ ਹੈ ਪਰ ਧੁਨੀ ਸਿਧਾਂਤ ਦੇ ਅਲੰਕਾਰ ਸਿਧਾਂਤ ਨੂੰ ਵੀ ਪੂਰਾ ਮਹੱਤਵ ਪ੍ਰਾਪਤ ਰਿਹਾ ਹੈ। ਅੱਜ ਇਹਨਾਂ ਦੀ ਵਰਤੋਂ ਬਥੇਰੇ ਮਾਨਤਾ ਹੈ। ਊੜਾ ਹੈਗਾ ਇਹ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ। ਆੜਾ ਹੈਗਾ ਇਹ ਪੂਰਨ ਸਹੀ ਹੈ, ਬੀ ਹੈ ਜਿਹੜਾ ਉਹ ਵੀ ਪੂਰਨ ਸਹੀ ਹੈ। ਈੜੀ ਹੈਗਾ ਜੀ ਇਹ ਪੂਰਨ ਸਹੀ ਹੈ, ਬੀ ਆਂਸ਼ਿਕ ਸਹੀ ਹੈ। ਸੱਸਾ ਇਹ ਆਂਸ਼ਿਕ ਸਹੀ ਹੈ, ਬੀ ਆ ਉਹ ਪੂਰਨ ਸਹੀ ਹੈ। ਅਤੇ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਆੜਾ, ਇਹ ਪੂਰਨ ਸਹੀ ਹੈ ਜਿਹੜਾ ਇਹ ਵਾਲਾ ਗਾ, ਅਤੇ ਆੜਾ ਗਾ ਜਿਹੜਾ ਉਹ ਵੀ ਪੂਰਨ ਸਹੀ ਹੈ। ਅਤੇ ਅਗਲਾ ਕੁਸਚਨ ਹੈ ਸਾਡੇ ਕੋਲ ਕਿਹੜਾ ਜੁੱਟ ਸਹੀ ਨਹੀਂ ਹੈ। ਆੜਾ ਹੈਗਾ ਉਹ ਸੋਰੀ ਊੜਾ ਹੈਗਾ ਅਤਰ ਸਿੰਘ ਮਨੋਵਿਗਿਆਨਿਕ, ਆੜਾ ਹੈਗਾ ਜੀ ਸਾਡੇ ਕੋਲ ਸੰਤ ਸਿੰਘ ਸੇਖੋਂ ਮਾਰਕਸ਼ਵਾਦੀ, ਅਤੇ ਈੜੀਆ ਹਰਭਜਨ ਸਿੰਘ ਰੂਪਵਾਦੀ, ਤਰਲੋਚਨ ਸਿੰਘ ਕੰਬਲ ਸੰਰਚਨਾਵਾਦੀ। ਅਤੇ ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਊੜਾ, ਅਤਰ ਸਿੰਘ ਮਨੋਵਿਗਿਆਨਿਕ। ਇਹ ਮਨੋਵਿਗਿਆਨਿਕ ਨਹੀਂ ਹੈਗਾ, ਇਹ ਮਾਰਕਸ਼ਵਾਦੀ ਆ। ਅਗਲਾ ਕੁਸਚਨ ਹੈ ਜੀ ਸੂਚੀ ਇੱਕ ਨੂੰ ਸੂਚੀ ਦੋ ਦੇ ਨਾਲ ਮੈਚ ਕਰਨਾ। ਰੂਪਵਾਦ, ਠੀਕ ਹੈ ਜੀ, ਰੂਪਵਾਦ ਹੈਗਾ ਸਕਲੋਬਕਸੀ, ਮਨੋਵਿਗਿਆਨਿਕ ਹੈਗਾ ਯੁੰਗ, ਵਿਰਚਨਾਵਾਦ ਹੈਗਾ ਜੀ ਯੁੰਗ ਦੈਰੀਦਾ, ਸੰਰਚਨਾਵਾਦ ਹੈਗਾ ਰੌਲਾ ਭਾਰਤ। ਅਤੇ ਇਹਦੇ ਨਾਲ ਸਾਡਾ ਆਂਸਰ ਹੈ ਜੀ ਸੱਸਾ। ਅਗਲਾ ਕੁਸਚਨ ਹੈ ਜੀ 24ਵਾਂ, ਅਨੁਭਾਵ ਦੇ ਸਹੀ ਪ੍ਰਕਾਰ ਹਨ। ਉੜਾ ਹੈਗਾ ਅਭਿਦਾ ਵਾਚਕ, ਅਹਈਆ ਸਾਤਵਿਕ। ਆੜਾ ਹੈਗਾ ਆਵਿਕ ਵਾਚਿਕ, ਅਹਈਆ ਸਾਤਵਿਕ। ਈੜੀਆ ਜੀ ਅਭਿਦਾ ਲਕਸ਼ਣਾ ਵਾਚਕ ਸਾਤਵਿਕ। ਸੱਸਾ ਹੈਗਾ ਜੀ ਵਿਅੰਜਨਾ ਲਕਸ਼ਣਾ ਅਹਈਆ ਸਾਤਵਿਕ। ਇਹਦਾ ਆਂਸਰ ਹੈ ਜੀ ਸਾਡੇ ਕੋਲ ਆੜਾ ਆਗਿਕ ਵਾਚਿਕ ਅਹਈਆ ਸਾਤਵਿਕ। ਅਤੇ ਅਗਲਾ ਜਿਹੜਾ ਜੀ ਉਹ ਪੈਰਾ ਗਾ, ਅਗਲਾ ਜਿਹੜਾ ਕੁਸਚਨ ਨੇ ਉਹ ਪੈਰੇ 'ਚੋਂ ਨੇ ਜੀ, ਠੀਕ ਹੈ। ਅਤੇ ਪਹਿਰੇ ਨੂੰ ਤੁਸੀਂ ਇੱਕ ਵਾਰੀ ਪੜ੍ਹ ਲੈਣਾ, ਅਤੇ ਤੁਹਾਨੂੰ ਇਹਦੇ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਦੱਸ ਦਿੰਦੇ ਹਾਂ ਆਂਸਰ ਉਹਨਾਂ ਦੇ। ਅਤੇ ਆਪਣੇ ਕੋਲ ਜੀ 25ਵਾਂ ਕੁਐਸਚਨ ਆ, ਪਹਿਰੇ ਦੇ ਆਧਾਰ ਉੱਤੇ ਪੰਜਾਬੀ ਜੀਵਨ ਜਾਂਚ ਦੀ ਮੁੱਖ ਵਿਸ਼ੇਸ਼ਤਾ ਹੈ। ਪਹਿਰੇ ਨੂੰ ਪੜ੍ਹ ਕੇ ਆਂਸਰ ਦੇਣਾ ਜੀ, ਤੁਸੀਂ ਪਹਿਰੇ ਨੂੰ ਪੜ੍ਹ ਲਿਓ। ਅਤੇ ਆਪਸ਼ਨ ਹੈ ਜੀ ਸਾਡੇ ਕੋਲ ਪਰਿਵਰਤਨਸ਼ੀਲਤਾ ਅਤੇ ਸਾਦਗੀ, ਆੜਾ ਹੈਗਾ ਅਡੋਲਤਾ ਅਤੇ ਤੇਜ਼ੀ, ਈੜੀ ਹੈ ਜੀ ਨਵੀਨਤਾ ਅਤੇ ਜਟਿਲਤਾ, ਸੱਸਾ ਹੈਗਾ ਪਰੰਪਰਾ ਅਤੇ ਵਫਾਦਾਰੀ। ਇਹਦੇ ਵਿੱਚ ਜਿਹੜਾ ਸਾਡੇ ਕੋਲ ਸਹੀ ਆਂਸਰ ਹੈ ਇਹਦਾ ਉਹ ਹੈਗਾ ਜੀ ਊੜਾ, ਪਰਿਵਰਤਨਤਾ ਅਤੇ ਸਾਦਗੀ। 26ਵਾਂ ਕੁਸਚਨ ਹੈ ਜੀ, ਪਹਿਰੇ ਦੇ ਆਧਾਰ 'ਤੇ ਕਿਹੜਾ ਕਥਨ ਸਹੀ ਹੈ। ਊੜਾ ਹੈਗਾ ਪੰਜਾਬੀ ਲੋਕ ਸੱਭਿਆਚਾਰ ਅਤੇ ਸੱਭਿਅਤਾ ਪ੍ਰਤੀ ਬੜੀ ਤੇਜ਼ੀ ਦਿਖਾਉਂਦੇ ਹਨ। ਆੜਾ ਹੈਗਾ ਜੀ ਪੰਜਾਬੀ ਲੋਕ ਸੱਭਿਅਤਾ ਦੇ ਨਵੀਨ ਅਤੇ ਜਟਿਲ ਵੇਰਵਿਆਂ ਨੂੰ ਅਪਣਾਉਣ ਲਈ ਤਤਪਰ ਰਹਿੰਦੇ ਹਨ। ਈੜੀ ਹੈ ਜੀ ਪੰਜਾਬੀ ਲੋਕ ਆਪਣੀ ਪਰੰਪਰਾ ਸਾਦਗੀ ਨੂੰ ਵਿਸਾਰ ਦਿੰਦੇ ਹਨ। ਅਤੇ ਸੱਸਾ ਹੈਗਾ ਜੀ ਪੰਜਾਬੀ ਲੋਕ ਨਵੀਨਤਾ ਨੂੰ ਤੇਜ਼ੀ ਨਾਲ ਅਪਣਾਉਣ ਕਾਰਨ ਪ੍ਰਚਲਿਤ ਹੋ ਜਾਂਦੇ ਹਨ। ਅਤੇ ਇਹਦੇ ਵਿੱਚ ਸਾਡਾ ਸਹੀ ਆਂਸਰ ਹੈ ਜੀ ਆੜਾ, ਜਿਹੜੇ ਪੰਜਾਬੀ ਲੋਕ ਸੱਭਿਅਤਾ ਦੇ ਨਵੀਨ ਅਤੇ ਜਟਿਲ ਵੇਰਵਿਆਂ ਨੂੰ ਅਪਣਾਉਣ ਲਈ ਤਤਪਰ ਰਹਿੰਦੇ ਹਨ। ਠੀਕ ਹੈ ਜੀ, ਅਗਲਾ ਕੁਸਚਨ ਹੈ 27ਵਾਂ, ਸਾਹਿਤ ਇਤਿਹਾਸ ਦੇ ਮਾਡਲ ਦਾ ਸਰੂਪ ਹੈ। ਊੜਾ ਹੈਗਾ ਜੀ ਰੂਪਵਾਦੀ, ਆੜਾ ਮਾਰਕਸ਼ਵਾਦੀ, ਈੜੀ ਹੈ ਸੰਰਚਨਾਵਾਦੀ, ਅਤੇ ਸੱਸਾ ਹੈਗਾ ਜੀ ਵਿਕਾਸਵਾਦੀ। ਅਤੇ ਇਹਦਾ ਜਿਹੜਾ ਸਹੀ ਆਂਸਰ ਹੈ ਉਹ ਹੈਗਾ ਜੀ ਮਾਰਕਸ਼ਵਾਦੀ। ਪੰਜਾਬੀ ਸਾਹਿਤ ਦਾ ਮੁੱਢ ਵੱਜਾ, 28ਵਾਂ ਕੁਸਚਨ ਹੈ ਜੀ, ਪੰਜਾਬੀ ਸਾਹਿਤ ਦਾ ਮੁੱਢ ਵੱਜਾ। ਊੜਾ ਹੈਗਾ ਫਰੀਦ ਤੋਂ, ਆੜਾ ਹੈਗਾ ਲੋਕ ਸਾਹਿਤ ਤੋਂ, ਈੜੀ ਹੈ ਜੀ ਨਾਥਾਂ ਜੋਗੀਆਂ ਤੋਂ, ਅਤੇ ਆੜਾ ਹੈ ਸੱਸਾ ਹੈਗਾ ਅਧਾ ਮਾਨ ਤੋਂ। ਠੀਕ ਹੈ ਜੀ, ਅਤੇ ਇਹਦਾ ਜਿਹੜਾ ਸਹੀ ਆਂਸਰ ਹੈ ਉਹ ਹੈਗਾ ਨਾਥਾਂ ਜੋਗੀਆਂ ਤੋਂ ਈੜੀ। ਪੰਜਾਬੀ ਸਾਹਿਤ ਦਾ ਰੂਪਮੂਲਕ ਇਤਿਹਾਸ ਕਿਸ ਸੰਸਥਾ ਵੱਲੋਂ ਪ੍ਰਕਾਸ਼ਿਤ ਹੋਇਆ। ਊੜਾ ਹੈਗਾ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਆੜਾ ਹੈਗਾ ਜੀ ਪੰਜਾਬੀ ਅਕਾਦਮੀ ਦਿੱਲੀ, ਈੜੀ ਹੈ ਭਾਸ਼ਾ ਵਿਭਾਗ ਪੰਜਾਬ, ਸੱਸਾ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਹਦਾ ਸਹੀ ਆਂਸਰ ਹੈ ਜੀ ਆੜਾ ਪੰਜਾਬੀ ਅਕਾਦਮੀ ਦਿੱਲੀ। ਅਤੇ ਅਗਲਾ ਕੁਸਚਨ ਹੈ ਜੀ 30ਵਾਂ, ਕਿਹੜਾ ਕਰਮ ਸਹੀ ਹੈ। ਊੜਾ ਹੈਗਾ ਗੁਰੂ ਅਰਜਨ ਦੇਵ, ਵਾਰਿਸ਼ ਬੁੱਲਾ ਅਤੇ ਹਾਸਮ। ਆੜਾ ਹੈਗਾ ਜੀ ਗੁਰੂ ਅਰਜਨ ਬੁੱਲਾ ਹਾਸਕ ਵਾਰਿਸ਼। ਈੜੀ ਹੈ ਜੀ ਗੁਰੂ ਅਰਜਨ ਬੁੱਲਾ ਵਾਰਿਸ਼ਾ, ਅਤੇ ਸੱਸਾ ਹੈਗਾ ਜੀ ਗੁਰੂ ਅਰਜਨ ਵਾਰਿਸ ਹਾਸ਼ਮ ਅਤੇ ਬੁੱਲਾ। ਇਹਦੇ ਵਿੱਚੋਂ ਜਿਹੜਾ ਸਾਡਾ ਸਹੀ ਆਂਸਰ ਹੈ ਉਹ ਹੈਗਾ ਜੀ ਈੜੀ। ਗੁਰੂ ਅਰਜਨ ਬੁੱਲਾ ਵਾਰਿਸ਼ ਅਤੇ ਹਾਸਮ। ਅਗਲਾ ਕੁਸਚਨ ਹੈ ਸਾਡੇ ਕੋਲ 31ਵਾਂ, ਸਹੀ ਇਤਿਹਾਸਿਕ ਕਰਮ ਦੱਸੋ।
ਉਹਦਾ ਹੈਗਾ ਰੋਮਾਂਸ਼ਵਾਦ, ਯਥਾਰਥਵਾਦ, ਅਸਤਿਤਵਵਾਦ, ਉੱਤਰ ਆਧੁਨਿਕਤਾ। ਆਹਣਾ ਹੈਗਾ ਜੀ ਰੋਮਾਂਸ਼ਵਾਦ, ਅਸਤਿਤਵਵਾਦ, ਯਥਾਰਥਵਾਦ, ਉੱਤਰ ਆਧੁਨਿਕਤਾ। ਕਿਹੜੀ ਹੈ ਜੀ? ਰੋਮਾਂਸਵਾਦ, ਯਥਾਰਥਵਾਦ, ਉੱਤਰ ਆਧੁਨਿਕਤਾ, ਅਸਤਿਤਵਵਾਦ। ਸਸਾ ਯਥਾਰਥਵਾਦ, ਰੋਮਾਂਸ਼ਵਾਦ, ਅਸਤਿਤਵਵਾਦ, ਉੱਤਰ ਆਧੁਨਿਕਵਾਦ। ਅਤੇ ਇਹਦੇ ਵਿੱਚ ਸਾਡਾ ਆਂਸਰ ਹੈ ਜੀ ਊੜਾ, ਰੋਮਾਂਸ਼ਵਾਦ, ਯਥਾਰਥਵਾਦ, ਅਸਤਿਤਵਵਾਦ ਅਤੇ ਉੱਤਰ ਆਧੁਨਿਕਤਾ। ਅਗਲਾ ਕੁਸਚਨ ਹੈ ਜੀ ਕਥਨ। ਰੋਮੈਂਟਿਕ ਧਾਰਾ ਦੇ ਇੱਕ ਮੂਲ ਪ੍ਰੇਰਣਾ ਸੋਮਾ ਫਰਾਂਸ ਕ੍ਰਾਂਤੀ ਤੋਂ ਸੀ, ਅਤੇ ਇਸ ਲਈ ਪ੍ਰਗਤੀਵਾਦੀ ਧਾਰਾ ਨੇ ਇਸ ਦੇ ਰੋਮੈਂਟਿਕ ਕਿਰਦਾਰ ਦਾ ਸਮਰਥਨ ਕੀਤਾ। ਕਾਰਨ ਹੈ ਜੋ ਪ੍ਰਗਤੀਵਾਦੀ ਧਾਰਾ ਨੇ ਜਿੱਥੇ ਰੋਮੈਂਟਿਕ ਚੇਤਨਾ ਨੂੰ ਪੂਰਨ ਭਾਂਤ ਬਣਾਇਆ, ਉੱਥੇ ਉਹਨਾਂ ਨੇ ਮੁੱਖ ਆਕਾਰ ਦਵੰਦਾਤਮਿਕ ਪਦਾਰਥਵਾਦ ਸੀ। ਊੜਾ ਹੈਗਾ ਜੀ ਇਹ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ, ਅਤੇ ਆੜਾ ਹੈਗਾ ਇਹ ਪੂਰਨ ਸਹੀ ਹੈ, ਬੀ ਆਂਸ਼ਿਕ ਸਹੀ ਹੈ। ਈੜੀ ਹੈ ਜੀ ਸਾਡੇ ਕੋਲ ਇਹ ਆਂਸ਼ਿਕ ਸਹੀ ਹੈ, ਬੀ ਆਂਸ਼ਿਕ ਸਹੀ ਹੈ। ਸੱਸਾ ਹੈਗਾ ਇਹ ਪੂਰਨ ਸਹੀ ਹੈ, ਅਤੇ ਬੀ ਆ ਜਿਹੜਾ ਉਹ ਵੀ ਪੂਰਨ ਸਹੀ ਹੈ। ਇਹਦੇ ਵਿੱਚ ਸਾਡਾ ਆਂਸਰ ਹੈ ਜੀ ਸੱਸਾ, ਦੋਨੇ ਹੀ ਕੀ ਨੇਗੇ, ਪੂਰਨ ਸਹੀ ਨੇਗੇ। ਅਤੇ ਅਗਲਾ ਕੁਸਚਨ ਹੈ ਜੀ ਮੈਚ ਕਰਨਾ ਗਾ, ਸੂਚੀ 1 ਨੂੰ ਸੂਚੀ 2 ਦੇ ਨਾਲ। ਪੂਰਨ ਸਿੰਘ ਸੀਗਾ ਜੀ ਜਿਹੜਾ ਉਹ ਰੋਮਾਂਸ਼ਵਾਦੀ ਸੀ, ਅਤੇ ਪ੍ਰੀਤਮ ਸਿੰਘ ਸਫੀਰ ਇਹ ਹੈਗੇ ਨੇ ਰਹੱਸਵਾਦੀ, ਜਸਵੰਤ ਸਿੰਘ ਨੇਕੀ ਇਹ ਸੀ ਅਸਤਿਤਵਵਾਦੀ, ਗੁਰਦਿਆਲ ਸਿੰਘ ਹੈਗੇ ਨੇ ਯਥਾਰਥਵਾਦੀ। ਠੀਕ ਹੈ ਜੀ, ਇਹਦੇ ਨਾਲ ਸਾਡਾ ਆਂਸਰ ਹੈ ਊੜਾ। ਅਤੇ ਅਗਲਾ ਕੁਸਚਨ ਹੈ ਜੀ ਪੰਜਾਬੀ ਵਿੱਚ ਲੋਕ ਜਾਂ ਸ਼ਬਦ ਕਿਸ ਨੇ ਪ੍ਰਚਲਿਤ ਕੀਤਾ? ਇਹ ਪਹਿਲਾਂ ਵੀ ਆ ਚੁੱਕਿਆ ਕੁਸਚਨ, ਅਤੇ ਸਾਨੂੰ ਪਤਾ ਹੀ ਲਗਭਗ। ਊੜਾ ਹੈਗਾ ਵਣਜਾਰਾ ਬੇਦੀ, ਆੜਾ ਹੈਗਾ ਦਵਿੰਦਰ ਸਥਿਆਰਥੀ, ਈੜੀਆ ਮਹਿੰਦਰ ਸਿੰਘ ਰੰਧਾਵਾ, ਅਤੇ ਸੱਸਾ ਹੈਗਾ ਜੀ ਕਰਨੈਲ ਸਿੰਘ ਥਿੰਦ। ਇਹ ਸ਼ਬਦ ਕੀਤਾ ਸੀ ਕਰਨੈਲ ਸਿੰਘ ਥਿੰਦ ਨੇ ਜੀ। ਅਗਲਾ ਹੈਗਾ ਨਾਇਤ ਦੀ ਪ੍ਰਕਾਰ ਹੈ, 35ਵਾਂ ਕੁਸਚਨ। ਨਾਇਤ ਦੀ ਪ੍ਰਕਾਰ ਹੈ ਪੂਜਾ ਗੀਤ, ਆੜਾ ਹੈਗਾ ਰੁੱਤ ਗੀਤ, ਈੜੀਆ ਜੀ ਇਸ਼ਟ ਗੀਤ, ਅਤੇ ਸੱਸਾ ਹੈਗਾ ਤਿਉਹਾਰ ਗੀਤ। ਇਹਦੇ ਵਿੱਚ ਸਾਡਾ ਜਿਹੜਾ ਆਂਸਰ ਹੈ ਹੋਏਗਾ ਜੀ ਇਸ਼ਟ ਗੀਤ। ਅਗਲਾ ਕੁਸਚਨ ਹੈ 37ਵਾਂ, ਮੈਚ ਕਰਨਾ ਇਹਨੂੰ ਵੀ, ਸੂਚੀ 1 ਨੂੰ ਸੂਚੀ 2 ਦੇ ਨਾਲ। ਘੋੜੀਆਂ ਗਾਈਆਂ ਜਾਂਦੀਆਂ ਨੇ ਵਿਆਹ ਦੇ ਸਮੇਂ, ਜਿਹੜੀ ਅਲਾਉਣੀਆਂ ਇਹ ਇੱਕ ਸੋਗ ਦਾ ਗੀਤ ਹੈ ਜੀ, 12 ਮਾਹਾਂ ਦਾ ਜਿਹੜਾ ਤਿਉਹਾਰ ਦਾ ਸੰਬੰਧਿਤ ਹੁੰਦਾ, ਅਤੇ ਸਿੱਠਣੀਆਂ ਜਿਹੜੀ ਇਹ ਵਿਅੰਗ ਭਰਪੂਰ ਹੈ ਜੀ, ਵਿਅੰਗ ਦਾ ਗੀਤ ਹੈ। ਠੀਕ ਹੈ ਜੀ, ਅਤੇ ਅਗਲਾ ਕੁਸਚਨ ਹੈ ਸਾਡੇ ਕੋਲ ਕਥਨ ਹੈ। ਜਨਮ ਸਾਖੀਆਂ ਦੀ ਪ੍ਰਸਿੱਧੀ ਦਾ ਇੱਕ ਮੁੱਖ ਕਾਰਨ ਇਹਨਾਂ ਦੇ ਕਥਾਨਕ ਰੂੜੀਆਂ ਹਨ। ਜਨਮ ਸਾਖੀਆਂ ਵਿੱਚ ਕਰਾਮਾਤੀ ਤੱਤਾਂ ਦੇ ਮਿਥਕ ਕਥਾਵਾਂ ਨੇ ਭਰਪੂਰ ਰੌਚਕਤਾ ਪੈਦਾ ਕੀਤੀ, ਪਰ ਸਦੀਆਂ ਬੀਤਣ ਉਪਰੰਤ ਇਹ ਅੱਜ ਸਾਰਥਕ ਨਹੀਂ ਰਹੀਆਂ। ਕਾਰਨ, ਜਨਮ ਸਾਖੀ ਸਾਹਿਤ ਨੇ ਇਤਿਹਾਸਿਕ ਤੱਥਾਂ ਦੀ ਮਿਥਕ ਰੂਪ ਵਿੱਚ ਰੂਪਾਂਤਰਣ ਕੀਤਾ ਹੈ। ਊੜਾ ਹੈਗਾ ਇਹ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ। ਆੜਾ ਹੈਗਾ ਇਹ ਪੂਰਨ ਸਹੀ ਹੈ, ਬੀ ਆਂਸ਼ਿਕ ਸਹੀ ਹੈ। ਈੜੀ ਹੈਗਾ ਇਹ ਪੂਰਨ ਸਹੀ ਹੈ, ਬੀ ਪੂਰਨ ਸਹੀ ਹੈ। ਸੱਸਾ ਹੈਗਾ ਇਹ ਪੂਰਨ ਸਹੀ ਹੈ, ਬੀ ਆ ਜਿਹੜਾ ਉਹ ਵੀ ਪੂਰਨ ਸਹੀ ਹੈ। ਅਤੇ ਇਹਦੇ ਵਿੱਚ ਸਾਡਾ ਸਹੀ ਆਂਸਰ ਹੈ ਜੀ ਊੜਾ, ਇਹ ਆਂਸ਼ਿਕ ਸਹੀ ਹੈ, ਬੀ ਵੀ ਜਿਹੜਾ ਬੀ ਆ ਉਹ ਪੂਰਨ ਸਹੀ ਹੈਗਾ। ਠੀਕ ਹੈ, ਅਗਲਾ ਕੁਸਚਨ ਹੈ 38ਵਾਂ, ਮਿੱਥ ਦਾ ਆਧਾਰ ਹੈ। ਊੜਾ ਹੈਗਾ ਪਰਾਸ਼੍ਰਿਕ ਅਤੇ ਯਥਾਰਥ, ਆੜਾ ਹੈਗਾ ਇਤਿਹਾਸ ਅਤੇ ਮਿਥਿਹਾਸ, ਈੜੀਆ ਨੀਤੀ ਅਤੇ ਇਤਿਹਾਸ, ਸੱਸਾ ਹੈਗਾ ਪਰਾਸ਼੍ਰਿਕ ਅਤੇ ਵਿਸ਼ਵਾਸ। ਇਹਦੇ ਵਿੱਚ ਸਾਡਾ ਜਿਹੜਾ ਆਂਸਰ ਹੈ ਜੀ ਉਹ ਆੜਾ, ਇਤਿਹਾਸ ਅਤੇ ਮਿਥਿਹਾਸ। 39ਵਾਂ ਕੁਸਚਨ ਆ ਜੀ, ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲੱਗੇ ਕੁੰਡੇ, ਸੱਦਾ ਕੁੜੀਆਂ ਵਿਆਹੁਣ ਚੱਲੇ ਸਾਰੇ ਪਿੰਡ ਦੇ ਮੁੰਡੇ। ਇਸ ਬੁਝਾਰਤ ਦਾ ਉੱਤਰ ਹੈ, ਊੜਾ ਹੈਗਾ ਗੁੱਲੀ ਡੰਡਾ, ਆੜਾ ਹੈਗਾ ਲੁਕਣ ਮਿੱਟੀ, ਅਤੇ ਈੜੀਆ ਜੀ ਤਾਮੜ ਤਾੜਾ, ਸੱਸਾ ਹੈਗਾ ਖੁਦੋ ਖੁੰਡੀ। ਅਤੇ ਇਹਦੇ ਵਿੱਚ ਜਿਹੜਾ ਸਾਡਾ ਆਂਸਰ ਹੈ ਜੀ ਉਹ ਹੈਗਾ ਸੱਸਾ ਖੁਦੋ ਖੁੰਡੀ। ਅਗਲਾ ਕੁਸਚਨ ਆ ਜੀ 40ਵਾਂ, ਟੇਂਬੂ ਕੀ ਹੈ? ਊੜਾ ਹੈਗਾ ਸੱਭਿਆਚਾਰਕ ਵਰਜਨਾ, ਆੜਾ ਹੈਗਾ ਸੱਭਿਆਚਾਰ ਸਮੂਹ, ਈੜੀਆ ਸੱਭਿਆਚਾਰ ਰੀਤ, ਅਤੇ ਸੱਸਾ ਹੈਗਾ ਸੱਭਿਆਚਾਰ ਸੁਮੇਲ। ਇਹਦੇ ਵਿੱਚ ਸਾਡਾ ਆਂਸਰ ਹੈ ਜੀ ਸੱਭਿਆਚਾਰਕ ਵਰਜਨਾ। ਸਪਾਰ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ? ਊੜਾ ਹੈਗਾ ਜੀ ਪੀਰ ਮੁਰਾਦ ਸ਼ਾਹ, ਆੜਾ ਹੈਗਾ ਗੁੱਗਾ ਪੀਰ, ਈੜੀਆ ਜੀ ਲਾਲਾਂ ਵਾਲਾ ਪੀਰ, ਅਤੇ ਸੱਸਾ ਹੈਗਾ ਖੁਆਜਾ ਪੀਰ। ਅਤੇ ਇਹਦਾ ਸਾਡਾ ਆਂਸਰ ਹੈ ਜੀ ਗੁੱਗਾ ਪੀਰ ਦੇ ਨਾਲ। ਬਹੁ ਸੱਭਿਆਚਾਰ ਤੋਂ ਕੀ ਭਾਵ ਹੈ? ਸੰਸਾਰ ਪੱਧਰ ਦੀ ਸੱਭਿਆਚਾਰਕ ਭਿੰਨਤਾ, ਆੜਾ ਹੈਗਾ ਕੌਮੀ ਪਛਾਣ ਨਾਲ ਸੁਮੇਲ, ਈੜੇ ਸੱਭਿਆਚਾਰਕ ਸਹਿਣਸ਼ੀਲਤਾ, ਸੱਸਾ ਹੈਗਾ ਗਲੋਬਲ ਭਿੰਨਤਾ। ਇਹਦੇ ਵਿੱਚ ਸਾਡਾ ਆਂਸਰ ਹੈ ਜੀ ਊੜਾ, ਸੰਸਾਰ ਪੱਧਰ ਦੀ ਸੱਭਿਆਚਾਰਕ ਭਿੰਨਤਾ। 43ਵਾਂ ਕੁਸਚਨ ਹੈ ਕਥਨ ਹੈ। ਸੱਭਿਆਚਾਰ ਦੇ ਸੱਭਿਅਤਾ ਨੂੰ ਵਿਦਵਾਨ ਇੱਕੋ ਅਰਥ ਦੇ ਗ੍ਰਹਿਣ ਕਰਦੇ ਹਨ ਪਰ ਇਹਨਾਂ ਦੋਹਾਂ ਵਿੱਚ ਫਰਕ ਹੈ। ਕਾਰਨ ਹੈ ਸੱਭਿਆਚਾਰ ਦਾ ਕਿਸੇ ਖਿੱਤੇ ਦਾ ਜੀਵਨ ਢੰਗ ਹੁੰਦਾ ਹੈ, ਪਰ ਸੱਭਿਅਤਾ ਉੱਤੇ ਖਿੱਤੇ ਦੀ ਆਦਰਸ਼ਕ ਉੱਚਤਾ ਦੀ ਪ੍ਰਾਪਤੀ ਗਿਣੀ ਜਾਂਦੀ ਹੈ। ਊੜਾ ਹੈਗਾ ਇਹ ਆਂਸ਼ਿਕ ਸਹੀ ਹੈ, ਬੀ ਪੂਰਨ ਸਹੀ ਹੈ।
ਆਣਾ ਹੈਗਾ ਏ ਪੂਰਨ ਸਹੀ ਹੈ ਬੀ ਅੰਸ਼ਿਕ ਸਹੀ ਹੈ। ਈੜੀਆ ਏ ਅੰਸ਼ਿਕ ਸਹੀ ਹੈ ਬੀ ਪੂਰਨ ਸਹੀ ਹੈ। ਸੱਸਾ ਏ ਪੂਰਨ ਸਹੀ ਹੈ ਬੀ ਹੈ ਜਿਹੜਾ ਉਹ ਵੀ ਪੂਰਨ ਸਹੀ ਹੈ। ਇਹਦੇ ਵਿੱਚ ਸਾਡਾ ਆਂਸਰ ਹੈ ਜੀ ਸੱਸਾ, ਦੋਨੇ ਹੀ ਪੂਰਨ ਸਹੀ ਨੇਗੇ ਜਿਹੜੇ। ਅਗਲਾ ਕੁਐਸਚਨ ਹੈ ਜੀ ਸੂਚੀ ਇੱਕ ਨੂੰ ਸੂਚੀ ਦੋ ਦੇ ਨਾਲ ਮੈਚ ਕਰਨਾ। 44ਵਾਂ ਸੱਗੀ ਫੁੱਲ ਇਹ ਸਿਰ ਦਾ ਗਹਿਣਾ ਨੇ ਜੀ, ਕੈਂਠਾ ਇਹ ਗਲ ਦਾ ਗਹਿਣਾ ਗਾ, ਵਿਛੂਏ ਇਹ ਪੈਰਾਂ ਦੀਆਂ ਉਂਗਲਾਂ ਦੇ ਗਹਿਣਾ ਗਾ ਜੀ, ਮੁੰਦਰਾਂ ਇਹ ਕੰਨਾਂ ਦੇ ਗਹਿਣੇ ਨੇ। ਠੀਕ ਹੈ ਜੀ, ਅਤੇ ਇਸ ਹਿਸਾਬ ਨਾਲ ਸਾਡਾ ਜਿਹੜਾ ਆਂਸਰ ਹੈ ਜੀ ਉਹ ਹੈਗਾ 44ਵੇਂ ਦਾ ਆਂਸਰ ਹੈ ਸਾਡੇ ਕੋਲ ਸੱਸਾ। ਸੱਸਾ ਆਂਸਰ ਹੈ ਇਹਦਾ। ਅਗਲਾ ਕੁਐਸਚਨ ਹੈ ਜੀ 45ਵਾਂ ਕਿਹੜਾ ਜੁੱਟ ਸਹੀ ਹੈ। ਕਰਨੈਲ ਸਿੰਘ ਥਿੰਦ ਲੋਕ ਆਖਦੇ ਹਨ, ਆੜਾ ਹੈਗਾ ਜੀ ਵਣਜਾਰਾ ਵੇਦੀ ਲੋਕ ਨਾਟਕ, ਈੜੀਆ ਦਵਿੰਦਰ ਸਥਿਆਰਥੀ ਦੀਵਾ ਵਾਲੇ ਸਾਰੀ ਰਾਤ, ਅਤੇ ਸੱਸਾ ਹੈਗਾ ਮਹਿੰਦਰ ਸਿੰਘ ਰੰਧਾਵਾ ਮੇਰਾ ਪਿੰਡ। ਇਹਦੇ ਵਿੱਚ ਸਹੀ ਆਂਸਰ ਹੈ ਜੀ ਈੜੀ ਦਵਿੰਦਰ ਸਥਿਆਰਥੀ ਦੀਵਾ ਵਾਲੇ ਸਾਰੀ ਰਾਤ। ਅਤੇ ਅਗਲਾ ਕੁਐਸਚਨ ਹੈ ਸਾਡੇ ਕੋਲ 46ਵਾਂ ਇਹ ਕਥਨ ਹੈ ਜੀ, ਪੰਜਾਬੀ ਵਿੱਚ ਖੋਜ ਸੰਪਾਦਕ ਅਤੇ ਅਨੁਵਾਦਕ ਦੇ ਕੰਮ ਨੂੰ ਕਈ ਨੂੰ ਅਨੇਕਾਂ ਕਮੀਆਂ ਦੇ ਬਾਵਜੂਦ ਸ਼ਲਾਘਾਯੋਗ ਕਰਾਰ ਦਿੱਤਾ ਜਾ ਸਕਦਾ ਹੈ, ਕਿਉਂਕਿ ਉਚੇਰੀ ਖੋਜ ਦੇ ਨਾਲ ਨਾਲ ਖੋਜ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ। ਕਾਰਨ ਹੈ ਖੋਜ ਦੇ ਆਲੋਚਨਾ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਖੋਜ ਦਰਪਣ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੋਜ ਪੱਤਰਿਕਾ ਦਾ ਬੜਮੁੱਲਾ ਯੋਗਦਾਨ ਹੈ। ਇਹਦੇ ਵਿੱਚ ਆਪਸ਼ਨ ਹੈ ਸਾਡੇ ਕੋਲ ਪਹਿਲਾ ਊੜਾ ਏ ਅੰਸ਼ਿਕ ਸਹੀ ਹੈ ਬੀ ਪੂਰਨ ਸਹੀ ਹੈ, ਆੜਾ ਏ ਪੂਰਨ ਸਹੀ ਹੈ ਜਿਹੜਾ ਬੀ ਆ ਅੰਸ਼ਿਕ ਸਹੀ ਹੈ, ਏ ਅੰਸ਼ਿਕ ਸਹੀ ਹੈ ਬੀ ਪੂਰਨ ਸਹੀ ਗਲਤ ਹੈ, ਸੱਸਾ ਇਹ ਪੂਰਨ ਸਹੀ ਹੈ ਅਤੇ ਜਿਹੜਾ ਬੀ ਆ ਉਹ ਪੂਰਨ ਗਲਤ ਹੈ। ਇਹਦੇ ਵਿੱਚ ਸਾਡਾ ਜਿਹੜਾ ਆਂਸਰ ਹੈ ਜੀ ਉਹ ਹੈਗਾ ਸੱਸਾ, ਜਿਹੜਾ ਏ ਆ ਉਹ ਸਹੀ ਹੈ ਬੀ ਆ ਜਿਹੜਾ ਉਹ ਗਲਤ ਹੈ। 47ਵਾਂ ਕੁਐਸਚਨ ਹੈ ਜੀ ਪੰਜਾਬੀ ਵਿੱਚ ਨਿਰੋਲ ਖੋਜ ਅਤੇ ਆਲੋਚਨਾ ਦਾ ਖੇਤਰ ਕਿਹੜਾ ਹੈ। ਊੜਾ ਹੈਗਾ ਜੀ ਖੋਜ ਦਰਪਣ, ਆੜਾ ਹੈਗਾ ਸਮਕਾਲੀਨ ਸਾਹਿਤ, ਈੜੇ ਜੀ ਸ਼ਬਦ ਬੂੰਦ ਅਤੇ ਸੱਸਾ ਹੈਗਾ ਸਮਦਰਸ਼ੀ। ਇਹਦੇ ਵਿੱਚ ਸਾਡਾ ਜਿਹੜਾ ਸਹੀ ਆਂਸਰ ਹੈ ਉਹ ਹੈਗਾ ਜੀ ਊੜਾ ਖੋਜ ਦਰਪਣ। ਅਗਲਾ ਕੁਐਸਚਨ ਹੈ ਜੀ ਮੈਚ ਕਰਨਾ ਗਾ ਸੂਚੀ ਇੱਕ ਨੂੰ ਸੂਚੀ ਦੋ ਦੇ ਨਾਲ, ਸਾਹਿਤ ਖੋਜ ਅਤੇ ਸਾਹਿਤ ਆਲੋਚਨਾ ਇਹ ਹੈਗਾ ਜੀ ਸਾਡੇ ਕੋਲ ਤੀਜੇ ਦੇ ਨਾਲ ਕੇਸਰ ਸਿੰਘ ਕੇਸਰ ਪੰਜਾਬੀ। ਅਗਲਾ ਹੈਗਾ ਜੀ ਪੰਜਾਬੀ ਲੇਖਕ ਕੋਸ਼ ਇਹ ਹੈਗਾ ਜੀ ਚੌਥੇ ਨਾਲ ਪ੍ਰੋਫੈਸਰ ਪ੍ਰੀਤਮ ਸਿੰਘ, ਅਤੇ ਭਾਈ ਗੁਰਦਾਸ ਸਿੰਘ ਅਨੁਕਰਮਿਕ ਇਹ ਹੈਗਾ ਜੀ ਰਤਨ ਸਿੰਘ ਜੱਗੀ, ਪੰਜਾਬੀ ਕੋਸ਼ ਇਹ ਹੈਗਾ ਭਾਸ਼ਾ ਵਿਭਾਗ ਪੰਜਾਬ। ਇਸ ਦੇ ਨਾਲ ਸਾਡਾ ਆਂਸਰ ਹੈ ਜੀ ਇਹਦੇ ਵਿੱਚ ਈੜੀ। ਅਗਲਾ ਕੁਐਸਚਨ ਹੈ ਜੀ 49, ਭਾਸ਼ਾ ਵਿਭਾਗ ਪੰਜਾਬ ਦੀ ਪੰਜਾਬੀ ਲੇਖਕ ਦਾ ਪੁਰਸਕਾਰ ਦਾ ਨਾਂ ਹੈ। ਊੜਾ ਹੈਗਾ ਜੀ ਰਤਨ ਸਾਹਿਤ ਰਤਨ, ਆੜਾ ਹੈਗਾ ਪ੍ਰਮੁੱਖ ਪੰਜਾਬੀ ਲੇਖਕ, ਈੜੀ ਆ ਪੰਜਾਬੀ ਸਾਹਿਤ ਸ਼੍ਰੋਮਣੀ, ਸੱਸਾ ਹੈਗਾ ਪੰਜਾਬੀ ਸਾਹਿਤ ਰਤਨ। ਅਤੇ ਇਹਦੇ ਵਿੱਚ ਜਿਹੜਾ ਸਾਡਾ ਸਹੀ ਆਂਸਰ ਹੈ ਉਹ ਹੈਗਾ ਈੜੀ ਪੰਜਾਬੀ ਸਾਹਿਤ ਸ਼੍ਰੋਮਣੀ। 50 ਕੁਐਸਚਨ ਹੈ ਜੀ ਅਜੀਤ ਦੇ ਮੁੱਖ ਸੰਪਾਦਕ ਦਾ ਨਾਂ ਹੈ। ਊੜਾ ਹੈਗਾ ਜੀ ਪ੍ਰਕਾਸ਼ ਕੌਰ ਹਮਦਰਦ, ਆੜਾ ਹੈਗਾ ਬਰਜਿੰਦਰ ਸਿੰਘ ਹਮਦਰਦ, ਅਤੇ ਈੜੀ ਹੈ ਜੀ ਸਾਧੂ ਸਿੰਘ ਹਮਦਰਦ, ਅਤੇ ਸੱਸਾ ਹੈਗਾ ਸਤਨਾਮ ਮਾਨਕ। ਇਹਦੇ ਵਿੱਚ ਜਿਹੜਾ ਸਹੀ ਆਂਸਰ ਹੈ ਉਹ ਹੈਗਾ ਜੀ ਆੜਾ ਬਰਜਿੰਦਰ ਸਿੰਘ ਹਮਦਰਦ। ਇਹ ਸਨ ਜੀ 50 ਕੁਐਸਚਨ 2011 ਦਸੰਬਰ 2011 ਦੇ। ਅਤੇ ਜਿਸ ਵੀ ਸਟੂਡੈਂਟ ਨੂੰ ਵੀਡੀਓ ਵਧੀਆ ਲੱਗੀ ਤਾਂ ਉਹ ਲਾਈਕ ਕਰ ਦਿਓ, ਨਾਲ ਦੀ ਨਾਲ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਵੀਡੀਓ ਕਿਹੋ ਜਿਹੀ ਲੱਗੀ। ਅਤੇ ਜਿਹੜਾ ਵੀ ਸਟੂਡੈਂਟਸ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਅਤੇ ਨਾਲ ਲੱਗਦਾ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਜਦੋਂ ਵੀਡੀਓ ਬਣਾਈਏ ਤਾਂ ਤੁਹਾਨੂੰ ਤੱਕ ਉਹ ਜ਼ਰੂਰ ਪਹੁੰਚ ਸਕੇ। ਠੀਕ ਹੈ ਜੀ, ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।